चंगे भी बड़े ने कोई चंगे माड़े ना हर धर्म च हुंदे ने नहीं 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 कोई चंगा जड़ा हुण टाइम आ गया ना कोई चंगा नहीं जी दुआई खुदा दी मैं ते ना कोई चंगा नहीं जी पैसे दी लोड़ है ना ले जा बस हुण कोई टैडी पैसा नहीं दिंदा किसे भरा नहीं एक दूजे नूं दिंदे ऐ टाइम आ गया गल है मेरा वीर सुन गया वो चंगे सन लुट मार मगरों की थी जो चले गए जो चले गए पिंड फिर फिर बसनीक ने की लुट मार असी कश्मीरी सन मोची सन मलक सन लोहार सन इन्हें फिर डिंड लाई फिर जो माल सिखा का जो कपड़ा जो हर शाय उन्होंने पिंड पंजग्राई जिला गुजरांवाला तहसील नौशहरा विरकम नाजरीन ये पिंड सिख सरदारां दा सी उन्होंने बात किया होया जिहड़े बजुर्गों का असं इंटरव्यू किया है वो इतने वसनीक ने उन्होंने उस टाइम उम्र 15-16 साल सी और दसते हैं कि इतने सिख सरदार बड़े अच्छे मुसलमाना रहन सहन से उन्होंने जो किसी माड़े की धी भैन का विआह हों तो बड़ा उन्होंने सिर ते हथ रखते उन्होंने इमदाद करते अगर कोई माड़ा बंदा उन्होंने घर आ जाता सी दाने वगैरह लैन वास्ते तो किसी को मोड़ते नहीं सन तो आओ बाबे नाल सारी गलबात साझी करने उन्होंने को पुछने सारी कहानी। हेलो अस्सलाम वालेकुम नाज़रीन तुसीं वेखदे हो साडा यूट्यूब चैनल मेरा पिंड मेरा पंजाब ते मैं तुहाडा होस्ट मोहम्मद तनवीर मेरे नाल भाई अकरम साहब नाज़रीन 1947 दे वंड वेलिआं दी इक नवीं वीडियो लैके तां रूबरू हाज़र हाँ साडे बजुर्ग मौजूद ने इन्हां नूं पुछणे 1947 टाइम इस पिंड दे विच किहड़े किहड़े सिख सरदार रहिंदे हन उहनां दी जमीन कित्थे उहनां घर बार कित्थे सन इह सारी गल बजुर्गां नाल इन्हां दी ज़बानी करनी है जी साडे नाल रहिआ जी। अस्सलाम वालेकुम। वालेकुम सलाम बाबा जी की हाल है? खैर शुक्र। तुहाडा नाम की है जी? मेरा नाम रहमत। रहमत? हाँ जी। तेरे अब्बा जी का की नाम है? गुलाम। गुलाम मोहम्मद गुलाम। मोहम्मद दादे का की नाम है? सतरदीन। सतरदीन? हाँ। अपनी कौम केड़ी? तेली मलक। मलक हो तुसी? हाँ। अच्छा बाबी तुसी वसनीक के ओ जे माजर जी? वसनीक बशिंदी वसनीक। हाँ। पिंड केड़ा जिथे बैठे हैं? पांजग्राई। पांजग्राई? हाँ जी। ये तहसील जिला केड़ा जी? ਜਿਹੜਾ ਕੋਈ ਨਾ ਵਾਲਾ ਤਹਿਸੀਲ ਨਸ਼ਹਿਰਾ। ਤਹਿਸੀਲ ਨਸ਼ਹਿਰਾ? ਹਾਂ ਸਹੀ ਹੋ ਗਿਆ। ਇਹਦੇ ਆਲੇ ਦੁਆਲੇ ਬੇਬੇ ਪਿੰਡ ਦੱਸੇ ਕਿਹੜੇ ਕਿਹੜੇ ਨੇ? ਇਹ ਆਲੇ ਦੁਆਲੇ ਪਿੰਡ ਥਾਬਲ। ਅੱਛਾ ਜੀ। ਸਾਗੋ ਪਾਗੋ, ਮਦਨ ਚੱਕ। ਸਹੀ ਹੋ ਗਿਆ। ਚੂੜ ਚੱਕ, ਚੌਧਰੀ ਚੱਕ, ਢੱਲਾ। ਸਹੀ ਸਹੀ। ਅੱਛਾ ਬਜ਼ੁਰਗੋ ਜਦੋਂ ਆਹ ਵੰਡ ਹੋਈ ਹੈ? ਹਾਂ ਜੀ। ਬਟਵਾਰਾ ਹੋਇਆ ਮੁਲਕਾਂ ਦਾ? ਹਾਂ। ਇਹ ਤੁਸੀਂ ਉਦੋਂ ਕਿੱਡੇ ਕੁ ਸੀ ਭਲਾ? ਮੈਂ ਉਦੋਂ ਕੋਈ 15-16 ਸਾਲ ਦਾ। ਬਜ਼ੁਰਗੋ ਪਿੰਡ ਜਿਹੜਾ 47 ਟਾਈਮ ਭਲਾ ਕਿੱਡਾ ਸੀ? ਏਡਾ ਕੁ ਸੀ ਕਿ ਵੱਡਾ ਸੀ? ਛੋਟਾ ਸੀ। ਛੋਟਾ ਸੀ ਉਦੋਂ? ਹਾਂ ਬਾਹਲਾ ਹੀ ਛੋਟਾ ਸੀ। ਅੱਛਾ ਇੱਥੇ ਕਿਹੜੇ ਕਿਹੜੇ ਕੌਮ ਦੇ ਮੁਸਲਮਾਨ ਅਤੇ ਦੂਸਰੇ ਕਿਹੜੇ ਕਿਹੜੇ ਰਹਿੰਦੇ ਹਨ? ਮੁਸਲਮਾਨ ਜਾਤੀ ਘੱਟ ਸਨ ਇੱਥੇ। ਅੱਛਾ ਇਹ ਸਿੱਖਾਂ ਦੇ ਪਿੰਡ ਸੀ। ਪੰਜਗ੍ਰਾਈ ਉਹਨਾਂ ਦੇ ਨਾਂ ਦੇ? ਪੰਜਗ੍ਰਾਈ ਅਤੇ ਇੱਥੇ ਰਾਈਆਂ ਦੇ ਘਰ ਸਨ। ਅੱਛਾ ਜੀ। ਕੋਈ ਜਲੈਆਂ ਦੇ ਘਰ ਸਨ ਅਤੇ ਦੂਸਰਾ ਘਰ ਲੁਹਾਰਾਂ ਦੇ ਸਨ। ਅੱਛਾ ਜੀ। ਅਤੇ ਜਾਂ ਕੋਈ ਦੋ ਇੱਕ ਘਰ ਮਲਕਾਂ ਦਾ ਸੀ। ਬਾਕੀ ਸਾਰੇ ਸਿੱਖ ਸਰਦਾਰ ਹੀ ਸਨ? ਹਾਂ। ਹਿੰਦੂ ਵੀ ਆਇਆ ਸਾ ਕੋਈ? ਹਿੰਦੂ ਹੋਣਗੇ। ਖੱਤਰੀ? ਖੱਤਰੀ ਹੀ ਸੀ ਨਾਲ। ਚੂੜੇ ਵੀ ਆਇਆ ਸਨ? ਸਾਈ ਜੀ ਨਾਲ? ਸਾਈ ਹੈ ਸਨ, ਸਾਈ ਸਾਈ ਬਸੇਰੇ ਸਨ। ਅੱਛਾ ਅੱਛਾ। ਸਾਈਆਂ ਤ੍ਰਿਜਾ ਸਾ ਪਿੰਡ ਸੀ। ਅੱਛਾ ਅੱਛਾ ਅੱਛਾ। ਹਾਂਜੀ ਹਾਂ। ਯਾਨੀ ਬਹੁਤੇ ਸਾਈ ਅਤੇ ਸਿੱਖ ਸਨ ਇੱਥੇ? ਹਾਂਜੀ ਹਾਂ। ਇੱਥੇ ਗੁਰਦੁਆਰਾ ਹੁੰਦਾ ਸੀ ਬਾਬੇ? ਗੁਰਦੁਆਰਾ ਸਿੱਖਾਂ ਦਾ ਮੁਸਲਮਾਨਾਂ ਦਾ ਆਪਸ ਕਿਵੇਂ ਦਾ ਸੀ ਪਿਆਰ?
ਇੱਥੇ ਉਦੋਂ ਸਲੋਕ ਚੰਗਾ ਸੀ, ਸਹੀ ਰਹਿ ਰਿਹਾ ਹਾਂ, ਸਹੀ ਵਾਸਤੇ ਜਿਹੜੇ ਸਿੱਖ ਸਨ ਨਾ ਉਹ ਬਹੁਤ ਅਮਲ ਕਰਦੇ ਸੀ ਆਪਣਾ ਦੂਜਿਆਂ ਨਾਲ, ਬੜੇ ਹੀ ਅਮਲ ਕਰਦੇ ਸੀ। ਅੱਛਾ, ਜੇ ਕੋਈ ਵਿਆਹ ਸ਼ਾਦੀ ਤੇ ਨਾ ਆ ਕੇ ਨੇਕੀ ਬਦੀ ਦੇ ਉਹ ਬਾਹਰ ਗੱਡ ਕੇ ਖੜਦੇ ਸੀ। ਅੱਛਾ ਜੀ, ਹਾਂਜੀ, ਤੇ ਨੇਕ ਦਿਲ ਸਨ, ਨੇਕ ਸਨ, ਚੰਗੇ ਸਨ। ਸਾਮੀਆਂ ਕਿਵੇਂ ਦੀਆਂ? ਸੌਖੀਆਂ ਸਾ ਬਾਬਾ, ਸਾਮੀਆਂ ਬੜੀਆਂ ਚੰਗੀਆਂ ਸੀ। ਆ ਜਿਹੜਾ ਰਕਬਾ ਹੈ ਇੱਥੇ ਦਾ 2700 ਕਿੱਲੇ ਦਾ, ਇੱਕ ਮਿੰਟ, ਆ ਜਿਹੜਾ ਸੱਚਾ ਸਿੰਘ ਸੀ ਨਾ, ਅੱਛਾ, ਇਹ ਤੇ ਬੜਾ ਹੀ ਚੰਗਾ ਬੰਦਾ ਸੀ ਸੁੱਚਾ ਸਿੰਘ। ਸੁੱਚਾ ਸਿੰਘ ਤੇ ਸ਼ਰਮ ਸਿੰਘ ਜਿਹੜਾ ਸੀ ਇਹਦਾ ਖੂੰਡ ਜਾਂਦਾ ਹੁੰਦਾ ਸੀ ਅਦਾਲਤ, ਖੂਨ ਦੇ ਕੰਮ ਹੋ ਜਾਂਦਾ ਸੀ, ਹੋਰ ਖੂਨ ਦੇ ਕੰਮ ਹੋ ਜਾਂਦਾ ਸੀ। ਵਾਜਵਾ, ਸੁਣ ਗਿਆ, ਯਾਨੀ ਫੁੱਲ ਚੌਧਰੀ ਸੀ। ਹਾਂ, ਚੌਧਰੀ ਜੀ, ਇਹ ਦੋ ਘਰ ਜਿਹੜੇ ਸਨ ਨਾ, ਸੁੱਚਾ ਤੇ ਸ਼ਰਮਾ ਦੇ ਨਾ, ਇਹ ਚੰਗੇ ਸੀ, ਚੰਗੇ ਘਰ, ਸਾਰੇ ਜਿਹੜੇ ਕੰਮੀ ਲੋਕ ਸਨ ਨਾ ਸਾਰੇ ਇਹਨਾਂ ਦੇ ਬੜੀ ਤਵਾਜਾ ਕਰਦੇ ਸਨ। ਅੱਛਾ ਜੀ, ਹਾਂਜੀ। ਅੱਛਾ, ਇਹਨਾਂ ਦੀ ਜ਼ਮੀਨਾਂ ਦਾ ਪਤਾ ਕਿੱਧਰ, ਕਿੰਨੀ ਕੁ ਜ਼ਮੀਨ ਸੀ? ਜਿਵੇਂ ਤਿੰਨ ਚਾਰ ਘਰ ਦੱਸਦੇ ਨੇ 2700 ਕਿੱਲੇ ਚ, ਅੱਗੋਂ ਅਸੀਂ 2700 ਕਿੱਲਾ ਸੀ ਤਿੰਨਾਂ ਚਾਰਾਂ ਘਰਾਂ ਦਾ। ਚਾਰ ਪੰਜ ਘਰ ਸਨ ਨਾ ਇੱਥੇ। ਸ਼ਰਮ ਸਿੰਘ ਸੀ ਨਾ ਇਹ 12 ਪਿੰਡਾਂ ਦਾ ਮਾਲਕ ਸੀ ਹਿਸਾਬ ਨਾਲ, 12 ਪਿੰਡਾਂ ਦਾ, 12 ਪਿੰਡਾਂ ਦੀ ਜ਼ਮੀਨ ਸੀ ਇਹਦੀ। ਅੱਛਾ ਅੱਛਾ, 12 ਪਿੰਡਾਂ 'ਚ ਤੇ ਉਂਝ ਵੀ ਠੀਕ ਠਾਕ ਸੀ, ਇਹ ਹੈ ਸੀ ਮੱਲੀ, ਮੇਰੇ ਅੱਬੇ ਜੀ ਦਾ ਨਾਂ ਅਸਗਰ, ਅਸਗਰ ਦਾਦੇ ਤੁਹਾਡਾ ਨਾਂ ਕੀ? ਨੇਕ ਮੁਹੰਮਦ, ਨੇਕ ਮੁਹੰਮਦ। ਤੁਸੀਂ ਕਿਹੜੀ ਜਾਤ ਦੇ? ਅਸੀਂ ਵੀ ਮਲਕ ਹੀ ਆ। ਤੁਸੀਂ ਮਲਕ ਹੋ? ਅੱਛਾ, ਹੁਣ ਤੁਹਾਡਾ ਦੱਸੋ ਹਾਂ, ਜਿਹੜੇ ਇੱਥੇ ਕਿਹੜੇ ਕਿਹੜੇ ਘਰ ਸਨ ਸਿੱਖਾਂ ਦੇ ਅਤੇ ਕਿਹੜੇ ਕਿਹੜੇ ਉਹਨਾਂ ਨਾਂ ਕੀ ਸਨ ਦੱਸੋ ਜਿਹੜੇ ਤੁਹਾਨੂੰ ਯਾਦ ਨੇ? ਇਹ ਇੱਕ ਦੇ ਘਰ ਸੀ ਸ਼ਰਮ ਸਿੰਘ ਦਾ। ਅੱਛਾ, ਜਿਹਦਾ ਅੱਗੇ ਤੁਸੀਂ ਦੱਸਿਆ? ਹਾਂਜੀ, ਇੱਕ ਘਰ ਸੀ ਸੁੱਚੇ ਸਿੰਘ ਦਾ। ਅੱਛਾ ਜੀ, ਅਤੇ ਦੂਜਿਆਂ ਦਾ ਜਿਹੜਾ ਨਾ ਉਹ ਮੇਰਾ ਨਹੀਂ ਖਿਆਲ, ਉਹ ਹੈ ਸਨ ਹੋਰ ਵੀ ਘਰ ਵਾਵਾ, ਉਹ ਇਹ ਚੌਧਰੀ ਸਨ। ਮੁਸਲਮਾਨ ਸਾ ਸਿੱਖ ਸਾ ਨੰਬਰਦਾਰ ਕੈਸਰ ਸੀ, ਨੰਬਰਦਾਰ ਸੀ, ਔਰ ਇੱਕ ਦੁਨੀ ਸੀ, ਦੁਨੀਆ ਚੰਦ ਉਹਦੇ ਨਾਂ ਸੀ। ਇਹ ਦੋ ਭਰਾ ਸਨ। ਇੱਕ ਭਰਾ ਜਿਹੜਾ ਸੀ ਉਹ ਇੰਦਰ ਤਾਂ ਟੁਰ ਗਿਆ ਸੀ, ਇੱਕ ਇੱਥੇ ਰਹਿੰਦਾ ਸੀ, ਉਹ ਨਹੀਂ ਸੀ ਗਿਆ, ਉਹ ਨਹੀਂ ਸੀ ਗਿਆ, ਇੱਥੇ ਰਹਿ ਗਿਆ ਸੀ। ਅੱਛਾ, ਤੇ ਔਰ ਜ਼ਮੀਨ 75-70 ਕਿੱਲੇ ਜਿਹੜੀ ਸੀ ਨਾ ਉਹਦੇ ਘਰ ਵਾਲੀ ਮਾਂ ਲਕਸ਼ਮੀ ਸੀ। ਅੱਛਾ, ਉਹਦੇ ਘਰ ਵਾਲੇ ਦਾ ਨਾਂ ਸੀ ਲਕਸ਼ਮੀ, ਲਕਸ਼ਮੀ, ਲਕਸ਼ਮੀ ਕਰਕੇ ਸਾਧੇ ਸੀ, ਲਕਸ਼ਮੀ ਕੌਰ ਹੋਏਗਾ। ਹਾਂਜੀ, ਇਸ ਤਰ੍ਹਾਂ ਦੇ ਸਨ। ਤੇ ਉਹ ਕੈਸਰ ਮਰ ਗਿਆ ਤੇ ਉਹ ਮਾਈ ਸੀ। ਅੱਛਾ, ਹੈਂ, ਤੇ ਬਡੇਰੀ ਸੀ ਤੇ ਉਹ ਪਿੰਡ ਦਾ ਤਾਂ ਫਿਰ ਉਹਨੂੰ ਤਾਮਨ ਕਰਦੇ ਸਨ। ਹੈਂ, ਅੱਛਾ, ਤੁਸੀਂ ਜਿਹੜਾ ਦੱਸਿਆ ਬਾਬੇ ਉਹ ਲਕਸ਼ਮਣ ਸਿੰਘ, ਉਹ ਮੈਂ ਤੈਨੂੰ ਦੱਸਦਾ ਨਾ, ਉਹ ਮੁਸਲਮਾਨ ਹੋ ਗਿਆ ਸੀ, ਰਹਿ ਗਿਆ ਸੀ, ਮੁਸਲਮਾਨ ਹੋ ਗਿਆ ਸੀ ਨਾ। ਅੱਛਾ, ਤੇ ਉਹਦੀ ਜ਼ਮੀਨ ਜਿਹੜੀ ਸੀ ਨਾ ਅੱਧੀ ਜ਼ਮੀਨ ਤੇ ਜਿਹੜੀ ਸੀ ਨਾ ਉਹ ਦੁਨੀ ਚੰਦ ਕੋਲ ਟੁਰ ਗਈ ਸੀ ਹਿੰਦੁਸਤਾਨ ਚ। ਅੱਛਾ, ਦੂਸਰੇ ਭਰਾ ਕੋ ਚਲੇ ਗਈ? ਤੇ ਅਜੀ ਸੀ ਇੱਥੇ। ਅੱਛਾ, ਉਹ ਕੈਸਰ ਮਰ ਗਿਆ, ਹੈਂ, ਉਹ ਜਿਹੜੀ ਜ਼ਮੀਨ ਸੀ ਨਾ ਉਹ ਇੱਕ ਜੱਟ ਸੀ ਬੂਸੇ ਦੁਗਲ ਦਾ। ਅੱਛਾ, ਉਸ ਮਾਂ ਲਕਸ਼ਮੀ ਨਾਲ ਨਿਕਾਹ ਕਰ ਲਿਆ। ਅੱਛਾ, ਭੋਏ ਨਾਲ ਨਿਕਾਹ ਕੀਤਾ ਉਸ, ਹੈਂ, ਉਸ ਜਦੋਂ ਇਸਦਾ ਮਾਲ ਹੋਈ ਹੈ ਨਾ, ਹੈਂ, ਉਹ ਇਸਦਾ ਮਾਲ ਦੇ ਵਿੱਚ 70 ਕਿੱਲੇ ਭੋਏ ਆ ਜਿਹੜੀ ਹੈ ਨਾ ਇੱਥੋਂ ਲਾ ਕੇ ਸਾਰੀ ਮਾਂ ਲਕਸ਼ਮੀ ਦੇ ਉਹ ਬਾਬੇ ਸ਼ਾਬਾ ਲੈ ਗਿਆ ਸੀ। ਅੱਛਾ, ਸਹੀ ਸਹੀ, ਸ਼ਾਬਾ ਦੁਗਲ ਮੂਸੇ ਵਾਲਾ, ਹੈਂ, ਤੇ ਉਹ ਫਿਰ ਇੱਥੋਂ ਵੇਚ ਕੇ ਉਸ 100 ਕਿੱਲਾ ਫਿਰ ਉੱਥੇ ਨੇੜੇ ਕਰ ਲਈ। ਮਕਾਨ ਸਾਡੇ ਕੋਲ ਸਨ,
अमर सिंह सी जीत सिंह सी जेड़ा ओदे पुत्र सन। अच्छा सही 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 आ। अच्छा बाबू जो इत्थे रह रहे सन हां जी सिख भी खत्री भी छोड़े दूजे साई भी सारे जो रह रहे सन आपस च इत्तेफाक बड़ा सलूक बड़ा सलूक सी वरतों भाजी है सी मैं ना बड़ी ना यावी दी वरतों भाजी है सी। अच्छा जी ਵਿਆਹਾਂ ਤੇ ਜਾਣਾ ਹੈ ਸੀ ਮੈਂ ਨਾ ਵੀ ਧੀ ਭੈਣ ਜੀ ਦੇ ਮਾੜੇ ਦੀ ਹੈ ਨਾ। ਅੱਛਾ ਹੈ ਉਹ ਖੁਦ ਆਪ ਖਰਚਾ ਕਰਦੇ ਸਨ ਧੀ ਭੈਣ ਸਿੱਖ ਭਾਵੇਂ ਮੁਸਲਮਾਨ ਦੀ ਬੇਟੀ ਉਹਨੂੰ ਉਹਨੇ ਵੀ। ਅੱਛਾ ਜੀ ਬੜੇ ਸਗੀ ਸਨ। ਅੱਛਾ ਆ ਜਿਹੜੇ ਸਾਡੇ ਹੁਣ ਮੁਸਲਮਾਨ ਨੇ ਇਹ ਤਾਂ ਟੁੱਕਣ ਵਾਲੇ ਨੇ ਮੈਂ ਦਿੰਦਾ ਜੀ ਖਾ ਜੀ ਇਹਨੂੰ ਇਹ ਵੱਡੇ ਕਹਿਣਾ ਨਾਰਾ ਸੱਚਣ ਵਾਲੇ ਨੇ ਬਾਬੇ ਬੜਾ ਗੁੱਸਾ ਤੇ ਮੁਸਲਮਾਨ ਆਏ ਇਸ ਲੈ ਕੇ ਚੰਗੇ ਵੀ ਬੜੇ ਨੇ ਕੋਈ ਚੰਗੇ ਮਾੜੇ ਨਾ ਹਰ ਧਰਮ ਚ ਹੁੰਦੇ ਨਹੀਂ 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 ਕੋਈ ਚੰਗਾ ਆ ਜਿਹੜਾ ਹੁਣ ਟਾਈਮ ਆ ਗਿਆ ਨਾ ਕੋਈ ਚੰਗਾ ਨਹੀਂ ਜੀ ਦੁਆਈ ਖੁਦਾ ਦੀ ਮੈਂ ਤੇ ਨਾ ਕੋਈ ਚੰਗਾ ਨਹੀਂ ਜੀ ਨਹੀਂ ਨਹੀਂ ਵੀ ਚੰਗੇ ਹੈ ਨੇ ਬਾਬੇ ਇਹ ਨਾ ਤਾਂ ਹੀ ਦੁਨੀਆ ਵਸ ਗਈ ਫਿਰ ਵੀ ਚੱਲਦੀ ਹਰ ਧਰਮ ਦੇ ਵਿੱਚ ਨਾ ਹਰ ਕਬੀਲੇ ਦੇ ਵਿੱਚ ਧਰਮ ਚ ਮਜ਼ਹਬ ਦੇ ਵਿੱਚ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਹਾਂਜੀ ਹਾਂਜੀ ਉਦੋਂ ਇੱਜ਼ਤ ਹਜ਼ਾ ਇਹਨਾਂ ਬੜਾ ਇੱਜ਼ਤ ਹਜ਼ਾ ਸੀ ਘੋੜੀ ਤੇ ਬੰਦਾ ਬਹਿ ਕੇ ਗਲੀ ਜੇ ਕੰਮੀ ਦੇ ਕੋਲ ਲਾਣੇ ਕੋਈ ਨਹੀਂ ਸੰਨਾ ਹੁੰਦੇ ਹਾਂ ਤੇ ਉਹ ਜਾ ਕੇ ਆਖਣਾ ਚੌਧਰੀ ਸਾਡੇ ਦਾਣੇ ਕੋਈ ਨਹੀਂ ਉਹ ਲੈ ਜਾ ਇਹਨੇ ਸਖੀ ਸਨ ਇਹਨੇ ਸਖੀ ਸਨ ਜੇ ਪੈਸੇ ਦੀ ਲੋੜ ਹੈ ਨਾ ਲੈ ਜਾ ਅਸੀਂ ਹੁਣ ਕੋ 10 ਰੁਪਏ ਬਹੁਤ ਹੁਣ ਕੋਈ ਕੋ ਦੇ ਟੈਡੀ ਪੈਸਾ ਨਹੀਂ ਦਿੰਦਾ ਕਿਸੇ ਨੂੰ ਜੀ ਭਰਾ ਨਹੀਂ ਦਿੰਦਾ ਭਰਾ ਨਹੀਂ ਇੱਕ ਦੂਜੇ ਨੂੰ ਦਿੰਦੇ ਜੀ ਜੀ ਇਹ ਟਾਈਮ ਆ ਗਿਆ ਸਹੀ ਆ ਗੱਲ ਹੈ ਮੇਰਾ ਵੀਰ ਸੁਣ ਗਿਆ ਉਹ ਚੰਗੇ ਸਨ ਅੱਛਾ ਜਦੋਂ ਇੱਥੇ ਆਪਣੀ ਵੱਡੀ ਈਦ ਆਉਂਦੀ ਜਿਹਨੂੰ ਇੱਕ ਬਕਰਾ ਈਦ ਕਹਿੰਦੇ ਆ ਹਾਂਜੀ ਹਾਂਜੀ ਉਦੋਂ ਕੋਈ ਲੜਾਈ ਵੀ ਨਹੀਂ ਕਰ ਨਾ ਨਾ ਨਹੀਂ ਹੈ ਵੀ ਨਾ ਕਰਦੇ ਨਹੀਂ ਕਰਨ ਦੇਣੇ ਨਾ 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 ਕੋਈ ਨਹੀਂ ਸੀ ਰੋਕ ਗੋਕਾ ਨਹੀਂ ਸੀ ਕਰਨ ਦਿੰਦੇ ਬੱਕਰਾ ਗੋਕਾ ਜਣੀ ਵੱਡੀ ਗਾਂ ਨੂੰ ਕਹਿ ਰਹੇ ਹੋ ਆਹੋ ਅੱਛਾ ਜੀ ਗਾਂ ਛੱਤੇ ਬੱਕਰੇ ਇਹ ਗਊ ਗਾਂ ਨੂੰ ਜੋ ਗਊ ਮਾਤਾ ਸਮਝਦੇ ਸੀ ਉਹ ਜਿਵੇਂ ਅਸੀਂ ਆਪਣਾ ਕੁਰਾਨ ਮਜੀਦ ਜਣਾ ਇਸ ਤਰ੍ਹਾਂ ਉਹ ਗਾਂ ਨੂੰ ਸਮਝਦੇ ਸਨ ਸੁਣੀ ਮਸੀਦ ਵਿੱਚ ਪਿੰਡ ਦੇ ਬਣੀ ਸੀ ਮੁਸਲਮਾਨ ਪੜ੍ਹਦੇ ਸੀ ਕੋਈ ਰੁਕਾਵਟ ਨਹੀਂ ਸੀ ਅੱਛਾ ਛੋਟੀ ਕਰਨ ਦੇ ਨਾ ਕੁਰਬਾਨੀ ਜੀ ਹਾਂਜੀ 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 ਉਹਨਾਂ ਦੇ ਆਪਣੇ ਜਿਹੜਾ ਨਾ ਜੋ ਤਿਉਹਾਰ ਆਉਂਦਾ ਸੀ ਉਦੋਂ ਮੁਸਲਮਾਨ ਨਹੀਂ ਉਹਨਾਂ ਕਹਿੰਦੇ ਵਿਅੰਜਨਾ ਕਰਵਾਉਣੀ ਨਾ 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 ਉਹ ਦੱਸੋ ਕੋ ਬੜੇ ਖੁਸ਼ ਹੁੰਦੇ ਸਨ ਮੁਸਲਮਾਨ ਸਹੀ ਹੈ ਤੇ ਜਦੋਂ ਉਹ ਇੱਥੋਂ ਸਖੀ ਬੰਦੇ ਹਾਂ ਤੇ ਬਿਲਕੁਲ ਜਦੋਂ ਇੱਥੋਂ ਗਏ ਨੇ ਜੀ ਉਹ ਸਹੀ ਸਲਾਮਤ ਨਿਕਲ ਕੇ ਗਏ ਨੇ ਕਿ ਕਿਵੇਂ ਗਏ ਨੇ ਇਹ ਗਾਇਆ ਦੇ ਇੱਥੋਂ ਤੇ ਵੱਡ ਟੁੱਕ ਤੇ ਬਥੇਰੀ ਹੋਈ ਆ ਪਿੰਡ ਚ ਨਾ ਨਾ ਬਾਹਰ ਅੱਛਾ ਬਾਹਰ 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 ਵੱਡ ਟੁੱਕ ਬਥੇਰੀ ਹੋਈ ਹੈ ਤੇ ਜਦੋਂ ਸ਼ੇਰਾ ਕੋਟੀਆ ਸੀ ਨਾ ਉਹ ਸ਼ੇਰਾ ਕੋਟ ਵਾਲਾ ਸ਼ੇਰਾ ਕੋਟੀਆ ਮੰਗਲ ਸਿੰਘ ਕੀ ਉਹਦਾ ਨਾਮ ਸ਼ੇਰਾ ਕੋਟੀਆ ਜਦੋਂ ਇਹਨੂੰ ਪੈ ਨੇ ਨਾ ਮੁਸਲਮਾਨ ਇਹਨੇ ਵੈਲਸ ਕੀਤੀ ਹੈ ਫਿਰ ਹਿੰਦੁਸਤਾਨ ਹੈਂ ਉਹਦਾ ਫਿਰ ਦਵਾਈ ਲੱਥੀ ਉਹਦਾ ਫਿਰ ਨਹੀਂ ਸਾਡੇ ਪਿੰਡ ਵਾਲੇ ਜਿਹੜੇ ਸਨ ਉਹ ਸਹੀ ਸਲਾਮ ਦੀ ਗਏ ਨੇ ਫਿਰ ਉਹ ਇਹਨਾਂ ਫਿਰ ਸਿੱਖਾਂ ਨੇ ਨਾ ਰਾਜਾ ਜਿਹੜਾ ਸੀ ਨਾ ਰਾਜਾ ਉਥੋਂ ਦਾ ਹੈ ਉਹ ਮੁਸਲਮਾਨਾਂ ਦੀ ਮਹਿਤ ਕਰਦਾ ਸੀ ਹੈ ਮੈਦ ਕਰਦਾ ਸੀ ਉਹ ਰਾਜਾ ਤੇ ਫਿਰ ਜੋ ਸਿੱਖ ਤੇ ਜੋ ਫਿਰ ਦੂਜੇ ਕੀ ਨਾਂ ਲੈਂਦੇ ਨੇ ਹਿੰਦੂ ਖੱਤਰੀ ਆ ਖੱਤਰੀ ਇਹ ਫਿਰ ਨਾ ਉਹ ਰਾਜੇ ਦੇ ਜਾਂਦੇ ਰਹੇ ਰਾਜੇ ਕੋਲੇ ਵੀ ਤੂੰ ਮੁਸਲਮਾਨਾਂ ਨੂੰ ਕਿਉਂ ਸੀਨੇ ਨਾਲ ਲਾਇਆ ਇਹ ਸਾਨੂੰ ਮੁਸਲਮਾਨ ਮਾਰੀ ਜਾਂਦੇ ਨੇ ਉੱਥੇ ਸ਼ੇਰਕੋਟ ਜਾ ਕੇ ਵੇਖੋ ਫਲਾਣੇ ਥਾਂ ਜਾ ਕੇ ਵੇਖੋ ਸਾਡਾ ਬੁਰਾ ਹਾਲ ਤੇ ਬਾਕੀ ਦਿਹਾੜੇ ਕਰ ਦੇਣੇ ਪੈ ਕਤਲ ਕਰ ਦੇਣੇ ਪੈ ਤੇ ਉਸ ਫਿਰ ਮਜਬੂਰੀ ਨਾਲ ਫਿਰ ਉਸ ਉਹ ਜਿਹੜਾ ਰਾਜਾ ਸੀ ਨਾ ਮੁਸਲਮਾਨਾਂ ਨੂੰ ਨਾ ਫਿਰ ਆਖਣ ਲੱਗਾ ਭਰਾਵੋ ਹੁਣ ਤੁਹਾਡਾ ਰੱਬ ਰੱਖਾ ਸੁਣ ਗਿਆ ਮੇਰੀ ਹੁਣ ਕੋਈ ਵਾਹ ਨਹੀਂ ਨਹੀਂ
मेरी कोई वाह नहीं हूं तुम जानो तो थोड़ा अल्लाह है अल्लाह दे सबूरद हो सही सही सुन गया फिर बसनीक ने की लुट मार असी कश्मीरी सन मोची सन मलक सन लोहाल सन इना फिर डिंड लाई फिर जो माल सिखा का जो कपड़ा जो हर शाय उन्होंने चले गए पता केड़े कैंप गए चूड़गाने गए केड़े कैंप च गए पता नहीं अच्छा जी गए ने अपने पिंड चले गए इंडिया चले गए बंड हो गई उस बाद अपना पिंड वेखण आए ने कोई कि नहीं और दो पुत आए थे किदे एरे अपने दे शर्म सिंह दे अपना पिंड वेखण आए अपना घर वेखण आए घर वेखण आए अच्छा सुन गया ओ मैं तेनू दस दिना जेड़ी जेड़ी गल हुई है ना मैं तेनू दस दा ओ आया उथे पुल हुंदा सी अच्छा पुल ते आके बह गया अमर सिंह ते जीत सिंह ਦੋਵੇਂ ਭਰਾ ਆਏ ਅੱਛਾ ਨਹੀਂ ਜੀ ਉਹ ਥੋੜੇ ਜਿਹੇ ਚਿਰ ਬਾਅਦ ਆਏ ਸੀ ਪਹਿਲਾਂ ਨਹੀਂ ਆਏ ਮਗਰ ਜਦੋਂ ਲੁੱਟ ਮਾਰ ਆਪਣਾ ਹੋ ਗਈ ਹੈ ਨਾ ਫਾਰਗ ਹੋ ਗਏ ਲੈਦਾ ਲੈਦਾ ਹੋ ਗਏ ਨੇ ਦੋ ਚਾਰ ਸਾਲ ਬਾਅਦ ਆ ਗਏ ਹੋਣਗੇ ਨਹੀਂ ਥੋੜਾ ਹੀ ਚਿਰੇ ਸਾਲ ਕੁ ਮਗਰੋਂ ਆਏ 1950 ਚ ਲਾ ਲਓ 48 ਚ ਲਾ ਲਓ 49 ਚ ਲਾ ਲਓ ਸਾਡੇ ਨਾ ਜਿੱਥੇ ਨਲਕਾ ਲਾਇਆ ਸੀ ਨਾ ਉਹਨਾਂ ਨੇ ਅੱਛਾ और उन्होंने कुछ माल से नपया अच्छा वो लेना है सब मैं तेन दस देना वो माल जो नपया साई लद्दा साई हों अच्छा ते ओ मेरी मां नू पता लग्या भी इस घर आले दे बच्चे आए हैं अच्छा है शर्म सिंह दे मुंडे आए ने मुंडे आए तेरी मां नू वालदा नू पता लग्या हां जी अच्छा रोटी पानी लस्सी पानी आप लैन गई तेरी मां पुल नेड़े सी अच्छा भी को बैठे आओ घर पिंड हां जी अच्छा ओ नाल एक साई लदा आया ते नाल ओ आए अच्छा अच्छा हैं लदा साई थोंदा ही बसनीक आ बसनीक इथों दा सी ओ बाबा नाल आया हां जी ओ जदों आए ने ना उन्होंने दसिया भाई फलाने था माल अच्छा है ओ ना उन्होंने बोलिया उन्होंने काट लिया मिल गया सामान मिल गया अच्छा लेके ओ चले गए फिर ओदू बाद नहीं कुछ आया आज तक बात नहीं कोई आया ओदू बाद दो चार साल होने आए सा आए सा चौधरी बंदा सी घर सन कोई थोड़ा जा नरम तो बलादरी तेन पता तू एडा चौधरी बंदा इन पिंड तेरी जमीन है तू आ भेड़े जे मकाना च बैठा माता रानी सी जिन्हू पूजदे सन हिंदुआं नेड़े सी
शर्म सिंह बाबे आप जिंदा होने जिन्हें ना तो नहीं आ रहे वक्त भी बड़ा हो गया भुल गया होने का ना जेन नहीं भी रहा है अगर उन्हें लाद वेंदी उन्हें दिल कर पीने अपने पिंड ही जाइए बिल्कुल बिल्कुल आप पिंड वेखना आना उन्हें दिल करे तो अच्छे आने उन्हें फराओ दसो गया घर था हाँ दसा दे फलाने दे फलाने ये तो वीडियो कॉल कर देंगे नंबर चलो ठीक हो गया बाबे नाज़रीन अगर तुम भी चाहते हो खास तौर पर चढ़ते पंजाब वाले उन्होंने वास्ते अगर तुम चाहते हो कि अपने वड्डे का पिंड वेखिए असी वेखिए साढ़े पंडे वड्डे का पिंड किमें दा ही अगर तुहाडे वड्डे जिंदा ने नहीं आ सके अपना पिंड नहीं वेख सके अपनी जम्मण भोए नहीं वेख सके वह जो तुहाडा दिल करता कि अपना अं पिंड वेखिए जो लेंदे पंजाब साडा किमें दा पिंड सी साडे घर बार कित्थे सन तो साडा स्क्रीन ते नंबर आ रहा वट्सअप नंबर ये सानू मैसेज कर दो असी जरूर जाके तुहाडे पिंड दी वीडियो बनावांगे हमेशा हमेशा वास्ते रिकॉर्ड करांगे अपने पिंड दा नाम अपना जिला ते नाल दे इक दो पिंड जरूर दस दिया करो ताकि सानू वो पिंड लभण वास्ते आसानी रहे मिलने एक नवीं वीडियो नाल उदों तक मैनू ते अकरम साहब हुंदे हो इजाजत अल्लाह हाफिज़।